Thank you.
Yeah.
ਸਾਰਿਆਂ ਪੁੱਛਣ ਲੱਗੇ ਕਿ ਦੱਸੋ ਕਿ ਤੁਹਾਡੇ ਹਿਸਾਬ ਨਾਲ ਵੱਡਾ ਕੌਣ ਹੈ, ਹਿੰਦੂ ਆ ਜਾਂ ਮੁਸਲਮਾਨ ਵੱਡਾ ਹੈ? ਪੁੱਛਣ ਪੂਰੇ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਵੀ? ਔਰ ਇਹ ਸਵਾਲ ਅੱਜ ਵੀ ਉਹਨੇ ਨਾ ਉਹੀ ਬਣਿਆ ਹੋਇਆ। ਕਿਸੇ ਵੀ ਧਰਮ ਦੀ ਗੱਲ ਕਰ ਲਓ, ਅੱਜ ਸਾਰੇ ਆਪਣੇ ਆਪ 'ਚ ਵੱਡੇ ਹੋਣ ਨੂੰ ਹੀ ਬਣੇ। ਕਿਤੇ ਇਹ ਸੋਝੀ ਆ ਜਾਵੇ ਕਿ ਮਹਾਰਾਜ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਸਮਝਿਆ ਹੋਵੇ, ਅਸੀਂ ਸਾਰੇ ਅੱਜ ਉਹਨਾਂ ਦੇ ਵਿਚਾਰ ਕੀਤੇ ਹੋਣ ਕਿ ਸੱਚੇ ਪਾਤਸ਼ਾਹ ਨੇ ਕਿਹਾ ਕੀ ਆ। ਮਹਾਰਾਜ ਕਹਿੰਦੇ ਬਾਬਾ ਆਖੇ ਹਾਜ਼ੀਆਂ, ਕੀ ਕਹਿੰਦੇ ਨੇ ਸੱਚੇ ਪਾਤਸ਼ਾਹ? ਕਿ ਸ਼ੁੱਧ ਮਨਾਂ ਦਾ ਜੋ ਕੋਈ ਵੱਡਾ ਨਹੀਂ, ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ। ਜੇ ਚੰਗੇ ਕਰਮ ਨਹੀਂ ਕੀਤੇ, ਜੇ ਚੰਗੇ ਅਮਲ ਨਹੀਂ ਨਾ ਹੋਏ, ਤਾਂ ਕੋਈ ਵੀ ਵੱਡਾ ਨਹੀਂ। ਫਿਰ ਕਹਿੰਦੇ ਦੋਨਾਂ ਨੇ ਰੋਣਾ ਹੈ। ਬਾਬਾ ਆਪਣੀ ਬਾਜੀਆਂ ਸ਼ੁੱਧ ਮਨਾਂ ਬਾਜੋ ਦੋਨੋਂ ਰੋਈ, ਹਿੰਦੂ ਮੁਸਲਮਾਨ ਕੋਈ ਅੰਦਰ ਕਹਿੰਦੇ ਅੰਦਰ ਲੈਣ ਨਾਲ ਕੋਈ, ਚਾਹੇ ਉਹ ਹਿੰਦੂ ਹੈ ਚਾਹੇ ਉਹ ਮੁਸਲਮਾਨ ਹੈ, ਦਰਗਾਹ ਦੇ ਵਿੱਚ ਧੋਈ ਨਹੀਂ ਪੈਣੀ ਜਿਹਦੀ ਦੇ ਅਸੀਂ ਆਪਣੇ ਕਵਨ ਲਈ ਚੱਲੀ। ਅਤੇ ਅਸੀਂ ਇੱਥੇ ਆਉਂਦੇ ਹਾਂ ਨਾ, ਜਦੋਂ ਗੁਰੂ ਘਰ ਆਉਂਦੇ ਹਾਂ, ਅਸੀਂ ਇਹੀ ਸਮਝਣ ਆਉਂਦੇ ਹਾਂ ਕਿ ਚੰਗੇ ਅਮਲ ਹੈ ਕਿਹੜੇ। ਇੱਕ ਤੋਂ ਲੈ ਕੇ 1400 ਅੰਕ ਤੱਕ ਸੱਚੇ ਪਾਤਸ਼ਾਹ ਨੇ ਇਹੀ ਸਮਝਾਇਆ, ਵਾਰ ਵਾਰ ਇਹੀ ਸਮਝਾਇਆ ਕਿ ਸਾਡੇ ਚੰਗੇ ਅਮਲ ਕਿਹੜੇ ਨੇ। ਮਹਾਰਾਜ ਦੀ ਪਾਵਨ ਬਾਣੀ ਕਹਿੰਦੀ, ਕਹੋ ਨਾਨਕ ਇਹੋ ਤੱਤ ਵਿਚਾਰਾ, ਬਿਨ ਹਰ ਭਜਨ ਨਾਹੀ ਸੰਤਾਰਾ। ਕਿ ਇਹ ਵਿਚਾਰ ਦਾ ਤੱਤ ਕੱਢ ਲਿਆ, ਵਿਚਾਰ ਦਾ ਤੱਤ ਕੱਢ ਕੇ ਦੱਸ ਦਿੱਤਾ ਤੁਹਾਨੂੰ ਕਿ ਉਹਦਾ ਨਾਮ ਜਪੇ ਬਿਨਾਂ ਤੁਹਾਡਾ ਛੁਟਕਾਰਾ ਹੀ ਨਹੀਂ ਹੋਣਾ। ਮਹਾਰਾਜ ਕਹਿੰਦੇ, ਮਨ ਮੂਰਖ ਅਜੂ ਨਹਿ ਸਮਝਤ ਸਿੱਖ ਦੇ ਹਾਰਿਓ ਨੀਤ। ਇਹ ਮੂਰਖ ਮਨਾ, ਜਦੋਂ ਅਸੀਂ ਵਿਚਾਰ 'ਤੇ ਨਹੀਂ ਚੱਲਦੇ ਮਹਾਰਾਜ ਜੀ 'ਤੇ, ਅਸੀਂ ਸਭ ਤੋਂ ਵੱਡੇ ਮੂਰਖ ਹੀ ਹਾਂ। ਅਤੇ ਉਸੇ ਮਨ ਨੂੰ, ਕਿਉਂਕਿ ਮਨ ਦੀ ਮੱਤ 'ਤੇ ਚੱਲਦੇ ਹਾਂ ਨਾ, ਅਤੇ ਉਸੇ ਮਨ ਨੂੰ ਮਹਾਰਾਜ ਨੇ ਮੂਰਖ ਕਹਿ ਕੇ ਸਮਝਾਇਆ। ਮਨ ਮੂਰਖ ਅਜੂ ਨਹਿ ਸਮਝਤ ਸਿੱਖ ਦੇ ਹਾਰਿਓ ਨੀਤ। ਮੈਂ ਰੋਜ਼ ਸਿੱਖਿਆ ਦੇ ਕੇ ਇਸ ਮਨ ਨੂੰ ਹਾਰ ਗਿਆ। ਸੱਚੇ ਪਾਤਸ਼ਾਹ ਕਹਿੰਦੇ ਇਹ ਨਹੀਂ ਸਮਝਦਾ ਕਿ ਨਾਨਕ ਭਾਉ ਜਲ ਪਾਰ ਹੈ, ਕਿ ਇਹ ਭਾਉ ਸਾਗਰ ਤੋਂ ਫੇਰ ਹੀ ਲੰਘਿਆ ਜਾ ਸਕਦਾ ਹੈ। ਜੋ ਗਾਵੈ ਰੱਬ ਦੀ ਜਿਹੜਾ ਦਾ ਨਾਮ ਜਪੂਗਾ ਉਹਦੀ ਬਾਣੀ ਗਾਊਗਾ। ਤੋ ਇੱਥੇ ਮਹਾਰਾਜ ਬਚਨ ਕਰਦੇ ਕਹਿੰਦੇ, ਚਾਹੇ ਉਹ ਹਿੰਦੂ ਹੈ ਅਤੇ ਚਾਹੇ ਉਹ ਮੁਸਲਮਾਨ ਹੈ, ਦਰਗਾਹ ਦੇ ਵਿੱਚ ਕਿਸੇ ਨੂੰ ਭੋਈ ਨਹੀਂ ਬੈਠੀ ਜਿਹਨੇ ਦੇਰ ਤੱਕ ਚੰਗੇ ਕੰਮ ਨਹੀਂ ਕੀਤੇ, ਚੰਗੇ ਅਮਲ ਨਹੀਂ ਕੀਤੇ। ਅਤੇ ਸੱਚੇ ਪਾਤਸ਼ਾਹ ਅਰਦਾਸ ਕਰੀਏ ਸਾਰੇ ਲੜਕੇ ਮਹਾਰਾਜ ਅੱਗੇ ਕਿ ਕੋਈ ਇੱਕ ਬਚਨ ਅੱਜ ਕਮਾ ਕੇ ਲੈ ਕੇ ਜਾਈਏ। ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਮਹਾਰਾਜ ਦੇ ਬਚਨ ਕਿਤੇ ਸਾਨੂੰ ਸਮਝ ਆ ਜਾਣ, ਅਸੀਂ ਉਹਨਾਂ ਨੂੰ ਜ਼ਿੰਦਗੀ ਵਿੱਚ ਕਮਾ ਲਈਏ ਅਤੇ ਸਾਡਾ ਵੀ ਜੀਵਨ ਸਫਲ ਹੋ ਸਕੇ। ਅਤੇ ਪ੍ਰਕਾਸ਼ ਪੁਰਬ ਮਨਾਉਣੇ ਅਤੇ ਖੁਸ਼ੀਆਂ ਮਨਾਉਣੀਆਂ ਉਦੋਂ ਹੀ ਸੋਭਦੀਆਂ ਨੇ ਜਦੋਂ ਅਸੀਂ ਸੱਚੇ ਪਾਤਸ਼ਾਹ ਦੀ ਦਿੱਤੀ ਸਿੱਖਿਆ ਨੂੰ ਵੀ ਮੰਨਦੇ ਹਾਂ, ਨਹੀਂ ਤਾਂ ਮਨਾ ਕੇ ਘਰੇ ਚਲੇ ਉਹਦਾ ਕੋਈ ਫਾਇਦਾ ਨਹੀਂ। ਉਹ ਅਰਦਾਸ ਕਰੀਏ ਮਹਾਰਾਜ ਜੀ ਕਿ ਸੱਚੇ ਪਾਤਸ਼ਾਹ ਤੁਹਾਡੀ ਦਿੱਤੀ ਸਿੱਖਿਆ ਅਸੀਂ ਆਪਣੇ ਜੀਵਨ ਵਿੱਚ ਸਮਝ ਸਕੀਏ ਅਤੇ ਢਾਲ ਸਕੀਏ। ਕਰਿਓ ਕਿਰਪਾ।
ਸਤਿਗੁਰੂ ਪੰਜ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਕੇ ਸਾਰੇ ਸਿਮਰਨ ਦੇ ਵਿੱਚ ਹਾਜ਼ਰੀ ਲਵਾਇਓ। ਬੇਨਤੀ ਹੈ ਕੋਈ ਰਸਨਾ ਬਾਜੀ ਨਾ ਰਵੇ, 5 ਮਿੰਟ ਸਾਰੇ ਮਿਲ ਕੇ ਲਾਹਾ ਦੀਏ ਤੇਰੇ ਕਿਰਪਾ। ਨਾਨਕ ਨਾਮ